ਹਾਂ ਅੰਮ੍ਰਿਤਸਰ ਅੰਮ੍ਰਿਤਸਰ ਹੀ ਸੀਗਾ ਹੈ ਉੱਥੋਂ ਦੀ ਅਸੀਂ ਟੈਂਕ ਆਏ ਨਾ ਉੱਧਰ ਪਾਕਿਸਤਾਨੀ ਹੈ ਮੈਂ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਵੇਖੋ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਇਹਦਾ ਜਾਣਿਆ ਆਰਡਰ ਹੋ ਗਿਆ ਨਾ ਵੀ ਆਹ ਜ਼ਿਲ੍ਹੇ ਜਿਹੜੇ ਸੀ ਪਾਕਿਸਤਾਨ ਬਣ ਗਿਆ ਆਪਣੀ ਕਹਾਣੀ ਏਦਾਂ ਸੁਣਾ ਰਹੇ ਕਿ ਬਈ ਤੁਸੀਂ ਉੱਥੋਂ ਕੈਂਪ ਚ ਆ ਗਏ ਦਸੂਏ ਉੱਥੋਂ ਤੁਸੀਂ ਜਿੰਨੇ ਦਿਨ ਰਹੇ ਉਸ ਤੋਂ ਬਾਅਦ ਫਿਰ ਤੁਹਾਡਾ ਕਾਫਲਾ ਟੁਰ ਪਿਆ ਤੁਸੀਂ ਉਹ ਦਰਿਆ ਦੇ ਜਾਂ ਨਹਿਰ ਦੇ ਕੰਢੇ ਤੇ ਜਿੱਥੇ ਤੁਹਾਡਾ ਪਾਣੀ ਸਲਾਬ ਆਇਆ ਉਹ ਪੁਲ ਤੇ ਤੁਹਾਨੂੰ ਉਹ ਤੁਸੀਂ ਨਿਕਲੇ ਉਸ ਤੋਂ ਅੱਗੇ ਜਿੱਥੇ ਉਸੇ ਤੇ ਜਗ੍ਹਾ ਤੇ ਤੁਹਾਨੂੰ ਉਹਨਾਂ ਨੇ ਉਹ ਹੈਲੀਕਾਪਟਰ ਦੇ ਜ਼ਰੀਏ ਤੁਹਾਨੂੰ ਖਾਣਾ ਦਿਆ ਨਹੀਂ ਨਹੀਂ ਉਹ ਖਾਣਾ ਫੇਰ ਵੀ ਆ ਨਾ ਜਿਲ੍ਹੇ ਪੁਲ ਤੋਂ ਬਚੇ ਨਾ ਪੁਲ ਤੋਂ ਹਾਂ ਜਿਹੜੀ ਮੈਂ ਤੁਹਾਨੂੰ ਦੱਸਦਾ ਨਾ ਵੀ ਇੱਕ ਚੋ ਆ ਗਿਆ ਉਹਦੇ ਵਿੱਚ ਠੰਡੀ ਜਿਹੀ ਰੇਤਾ ਸੀ ਉੱਥੇ ਡੇਰਾ ਲਾ ਲਿਆ ਠੀਕ ਆ ਬਹਿ ਗਿਆ ਪਾਣੀ ਆ ਗਿਆ ਉੱਥੋਂ ਪਾਣੀ ਨੇ ਬਹੁਤ ਤਬਾਹੀ ਕੀਤੀ ਨਾ ਨਹੀਂ ਉਹ ਤਾਂ ਠੀਕ ਆ ਉਹ ਕਹਾਣੀ ਹੋ ਗਈ ਹੁਣ ਉਸ ਅੱਗੇ ਟੋਰੋ ਕੇ ਫਿਰ ਅੱਗੇ ਤੁਸੀਂ ਕਿੱਧਰ ਨੂੰ ਗਏ ਅੱਗੇ ਅਸੀਂ ਆ ਗਏ ਨਾ ਪਾਕਿਸਤਾਨ 'ਚ ਕਿੱਥੋਂ ਕਿੱਧਰੋਂ ਦੀ ਵੜੇ ਸੀ ਪਾਕਿਸਤਾਨ ਦੇ ਵਿੱਚ ਜਿਸ ਵੇਲੇ ਅਸੀਂ ਆਏ ਨਾ ਪੁਲ 'ਤੇ ਕਿਹੜਾ ਨਹੀਂ ਤੁਹਾਨੂੰ ਕਿਹੜਾ ਮਤਲਬ ਮੇਰੀ ਗੱਲ ਤਾਂ ਸੁਣ ਲਓ ਜਿਹੜੀ ਮੈਨੂੰ ਜਿਹੜੀ ਯਾਦ ਆ ਵੀ ਜਿਹੜੇ ਅਸੀਂ ਪੁਲ ਤੋਂ ਬਚੇ ਨਾ ਉੱਥੇ ਜਿੰਨੇ ਵੀ ਬੰਦੇ ਬਚੇ ਬਾਕੀ ਤਾਂ ਮਰ ਮੁੱਕ ਗਏ ਦੇਗਾਂ ਆਈਆਂ ਖਾਣਾ ਛਾਣਾ ਸਾਨੂੰ ਗੌਰਮੈਂਟ ਨੇ ਦਿੱਤਾ ਅੰਮ੍ਰਿਤਸਰ ਹੈ ਹਾਂ ਅੰਮ੍ਰਿਤਸਰ ਅੰਮ੍ਰਿਤਸਰ ਹੀ ਸੀਗਾ ਹੈ ਉੱਥੋਂ ਦੀ ਅਸੀਂ ਟੈਂਕ ਆਏ ਨਾ ਉੱਧਰ ਪਾਕਿਸਤਾਨੀ ਹੈ ਤਾਂ ਉਹ ਸਾਨੂੰ ਲੈ ਕੇ ਇਹਨਾਂ ਨੇ ਪਾਕਿਸਤਾਨ ਪਹੁੰਚਾਉਣਾ ਸੀਗਾ ਅੱਛਾ ਹੁਣ ਮੈਨੂੰ ਗੱਲ ਯਾਦ ਆ ਗਈ ਵੀ ਸਾਡੇ ਪਿੰਡ ਦਾ ਇੱਕ ਪਖੀਰਾ ਦਾ ਘਰ ਸੀਗਾ ਪਖੀਰਾ ਦਾ ਨੱਥੂ ਸੈਨ ਅਲੀ ਸ਼ੇਰ ਤਾਂ ਉਹ ਸੀਗੇ ਨਸ਼ੇਈ ਜਿਹੇ ਭੰਗ ਭੁੰਗ ਪੀਂਦੇ ਹੁੰਦੇ ਸੀ ਉਹ ਮੈਂ ਟੈਂਕਾਂ ਨੂੰ ਕਹਿੰਦਾ ਮੈਂ ਯਾਰ ਮੇਰੀ ਗੱਲ ਸੁਣ ਪਤਾ ਨਹੀਂ ਤੂੰ ਮੁਸਲਮਾਨਾਂ ਨਾਲ ਤਲਕ ਰੱਖਦਾ ਜਾਂ ਤੂੰ ਕਿਹਦੇ ਨਾਲ ਰੱਖਦਾ ਆਹ ਜਿਹੜੇ ਸਾਡੇ ਬੰਦੇ ਆ ਨਾ ਇਹ ਹੈਗੇ ਆ ਪਖੀਰ ਸੀਗੇ ਇੱਦਾਂ ਨਸ਼ਾ ਪਾਣੀ ਕਰਦੇ ਨਸ਼ਾ ਪਾਣੀ ਧੂਹਾਂ ਤਾਵਾਂ ਲਾਉਂਦੇ ਸੀ ਪਿੰਡ 'ਚ ਭੰਗ ਭੁੰਗ ਪੀ ਛੱਡਣੀ ਇਹ ਬੜੇ ਹੁਣ ਨਾ ਮਜਬੂਰ ਆ ਬਹਾਲ ਲਾ ਯਾਰ ਉਹਨੇ ਕਿਹਾ ਬਹਾਲ ਦਿਓ ਉਹ ਬਹਾਲ ਦਿੱਤੇ ਉਹਨਾਂ ਦੇ ਉੱਤੇ ਉਹ ਚੜ੍ਹੇ ਆਏ ਇੱਥੇ ਲਾ ਕੇ ਫਿਰ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਇੱਥੋਂ ਹਾਂ ਅੰਮ੍ਰਿਤਸਰ ਲੰਘੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਲੰਘੇ ਨਾ ਬੇਬਹਾ ਜ਼ੋਰ ਹੋਵੇ ਅੰਮ੍ਰਿਤਸਰ ਦੇ ਵਿੱਚ ਮੁਸਲਮਾਨ ਵੀ ਤਾਂ ਸੀਗੇ ਨਾ ਬੜਾ ਜ਼ੋਰ ਹੋਵੇ ਵੀ ਇਹ ਕਿਤੇ ਲੈ ਜਾਂਦੇ ਵੀ ਇਹਨਾਂ ਨੂੰ ਹੈਂ ਉੱਥੇ ਉਹਨਾਂ ਨੇ ਕੋਈ ਥੋੜ੍ਹੀ ਜਿਹੀ ਝਲਕੀ ਦਿੱਤੀ ਫੌਜ ਨੇ ਫੌਜ ਸੀਗੀ ਮਰੱਟੇ ਉਹ ਫੌਜ ਦਾ ਨਾਮ ਮਰੱਟੇ ਸੀ ਇਹ ਫਿਰ ਇਹ ਤਾਂ ਸਾਡੀ ਜਿਹੜੀ ਫੌਜ ਸੀਗੀ ਇਹ ਸੀਗੇ ਪਾਕਿਸਤਾਨੀ ਬਲੋਚ ਬਲੋਚ ਇਹ ਜਿਹੜੇ ਬਲੋਚਾਂ ਨੇ ਦੇਖਿਆ ਨਾ ਵੀ ਸਾਡੇ ਬੰਦਿਆਂ ਨੂੰ ਮਾਰਦੇ ਆ ਉਹ ਬਲੋਚਾਂ ਨੇ ਫਿਰ ਤੋਪਾਂ ਬਿਜੜੀਆਂ ਸੀਗੀਆਂ ਇਹ ਮਕਾਨਾਂ ਦੇ ਨਾਲ ਉਹਨਾਂ ਨੇ ਫਿਰ ਭੁੰਨੇ ਸਾਰੇ ਹੀ ਉਹ ਕਿੱਥੇ ਕਰਕੇ ਭੁੰਨੇ ਸੀਗੇ ਇਹ ਅੰਮ੍ਰਿਤਸਰ 'ਚ ਅੱਛਾ ਹਾਂਜੀ ਅੰਮ੍ਰਿਤਸਰ ਹਾਲਾਂਕਿ ਇੰਡੀਆ 'ਚ ਸੀਗਾ ਉੱਥੋਂ ਫਿਰ ਉਹ ਜਿਹੜੇ ਦੁਨੀਆ ਥੋੜ੍ਹੀ ਜਿਹੀ ਮਰੀ ਨਾ ਬਿਲਕੁਲ ਹਿਲਣੋਂ ਹਟ ਗਿਆ ਜਿਹੜਾ ਰਾਹ ਵੀ ਸੀਗਾ ਉਹ ਵੀ ਐਨ ਐਨ ਹੋ ਜਾਣਾ ਵੀ ਚੱਲ ਜਾਏ ਕਾਫਲਾ ਇੱਕ ਸਿੱਖ ਆਪਣਾ ਨਾ ਬਾਗ ਉਹਦਾ ਲੱਗਿਆ ਹੋਵੇ ਖੂਹ ਹੋਵੇ ਟਿੰਡਾਂ ਵਾਲਾ ਤਾਂ ਉੱਥੇ ਨਾ ਬੜੀ ਜਵਾਰ ਹੋਵੇ ਉੱਥੇ ਕਾਫਲੇ ਨੂੰ ਆਰਡਰ ਹੋ ਗਿਆ ਵੀ ਇੱਥੇ ਬਹਿ ਜਾਓ ਬਈ ਉਹ ਕਾ ਜਵਾਰ ਜਵਾਰ ਜੂ ਸਾਰੀਆਂ ਟਿੰਡਾਂ ਭੰਨ ਤੋੜ ਟਿੰਡਾਂ ਦੇ ਬਣਾ ਲੈ ਖੂਹ 'ਚ ਪਾਣੀ ਕੱਢ ਕਰਕੇ ਪੀਣ ਨੂੰ ਉਹ ਟਿੰਡਾਂ ਵੀ ਤਬਾਹ ਕਰਤੀਆਂ ਗਾਚਾ ਵੀ ਸਾਰਾ ਖਾ ਗਿਆ ਉਹ ਜਿੱਥੇ ਕਾਫਲਾ ਪੈਂਦਾ ਤੈਨੂੰ ਪਤਾ ਰੁੱਖਾਂ ਨੂੰ ਵੀ ਖਾ ਜਾਂਦੇ ਸੀ ਜਿਹੜੇ ਰੁੱਖ ਸੀ ਨਾ ਉਹਨਾਂ ਦੇ ਡਾਹਣੇ ਵੱਢ ਸਿੱਟ ਉਹ ਤੇਲ ਸਿੱਟ ਸੁੱਟ ਕੇ ਤਾਂ ਅੱਗ ਬਾਲ ਕੇ ਉਹ ਵੀ ਹੋ ਜਾਣਾ ਅੰਮ੍ਰਿਤਸਰ ਤੋਂ ਅੱਗੇ ਕਿੱਧਰ ਨੂੰ ਗਏ ਅੰਮ੍ਰਿਤਸਰ ਤੋਂ ਫਿਰ ਅਸੀਂ ਗਏ ਨਾ ਇੱਧਰ ਨੂੰ ਆਏ ਨਾ ਇੰਡੀਆ ਲਾਹੌਰ ਫਿਰ ਅਸੀਂ
ਆਪਣਾ ਅਸੀਂ ਇੱਥੇ ਕਹੇ ਨਾ ਤਾਂ ਆਹ ਸਾਡਾ ਰਕਬਾ ਨਾ ਆਹ ਜਿੱਥੇ ਉਹਨੂੰ ਬੈਠੇ ਅਸੀਂ ਇਹ ਸਾਡੇ ਅੱਗੇ ਹੀ ਦੋ ਮੁਰੱਬੇ ਇੱਥੇ ਸੀਗੇ ਅੱਗੇ ਸਿਆਣੇ ਬਜ਼ੁਰਗ ਪਾ ਗਏ ਆਪ ਉਹ ਤੋਂ ਚੱਲ ਜਾਣਾ ਇੱਥੇ ਰਾਖੀ ਰੂਖੀ ਦੇ ਦੂਸ਼ਣ ਨੇ ਇਹ ਅਸੀਂ ਤਾਂ ਕਈ ਚੰਦ ਬੰਦੇ ਤਾਂ ਅਸੀਂ ਤਾਂ ਇਹਨੂੰ ਰੱਖੀ ਨਾ ਆਸ ਵੀ ਚਲੋ ਆਪਣੇ ਰਕਬਾ ਉੱਥੇ ਜਾ ਚਲਦੇ ਹਾਂ ਤਾਂ ਕਈ ਸਾਡੇ ਦੋਸਤ ਭਰਾ ਹੋਰ ਨਹੀਂ ਥਾਈ ਬਹਿ ਗਏ ਉਹਨਾਂ ਨੂੰ ਪਾਣੀ ਵੀ ਚੰਗਾ ਸੀ ਇੱਥੇ ਸਾਡੇ ਪਾਣੀ ਦੀ ਕਮੀ ਸੀ ਇੱਥੇ ਆ ਗਿਆ ਜਗ੍ਹਾ ਅਸੀਂ ਇੱਥੇ ਆ ਗਏ ਆਪਣੇ ਰਕਬੇ 'ਚ ਫਿਰ ਸਾਡਾ ਜਿਹੜਾ ਪਿਛਲਾ ਰਕਬਾ ਸੀ ਨਾ ਇੰਡੀਆ ਦਾ ਉਹ ਸਾਨੂੰ ਪਿਆ ਲਈਏ ਹਾਂ ਲਈਏ ਸਾਡਾ ਇਸ ਵੇਲੇ ਬੜਾ ਕੰਮ ਆ ਬਹੁਤ ਚਲੋ ਠੀਕ ਆ ਮਾਸ਼ਾਅੱਲਾ ਤੁਸੀਂ ਅੱਗੇ ਫਿਰ ਲਾਹੌਰ ਆ ਗਏ ਲਾਹੌਰ ਫਿਰ ਕਿਸੇ ਕੈਂਪ 'ਚ ਰੁਕੇ ਸੀਗੇ ਜਾਂ ਉੱਧਰ ਤੁਰਦੇ ਬਸ ਅੱਗੇ ਆ ਗਏ ਬਸ ਤੁਰੇ ਦਾ ਜੀ ਉਹ ਹਾਂ ਹਾਂ ਗੱਲ ਮੈਂ ਤੈਨੂੰ ਦੱਸਦਾ ਵੀ ਜਿਹੜੇ ਬੰਦੇ ਸੀ ਨਾਲ ਮੁਸਲਮਾਨਾਂ ਦੇ ਰਲ ਕੇ ਲੋਠੀ ਕਰਦੇ ਲੋਠੀ ਉਹਨਾਂ ਨੇ ਅੰਦਾਜ਼ਾ ਲਾਇਆ ਵੀ ਇੱਥੇ ਕੋਈ ਲੋਕ ਜਾਂਦੇ ਜਿਨ੍ਹਾਂ ਨੇ ਸਾਨੂੰ ਉਹ ਉੱਥੋਂ ਫਿਰ ਉਹਨਾਂ ਨੇ ਜਿਸਲੇ ਲੋਟੀ ਕਰਦੇ ਰਲ ਕੇ ਉਹ ਤਾਂ ਫਿਰ ਸਿੱਖ ਤਾਂ ਰਹਿ ਗਏ ਉੱਧਰ ਤਾਂ ਮੁਸਲਮਾਨ ਤਾਂ ਮੁਸਲਮਾਨਾਂ ਨਾਲ ਰਲ ਗਿਆ ਫਿਰ ਅਸੀਂ ਤਾਂ ਚਲੀਏ ਜਿੱਦਾਂ ਸਾਡੇ ਰਿਸ਼ਤੇਦਾਰ ਜਾਣ ਸਾਰੇ ਜਾਣ ਇਹ ਨਾਲ ਰਲ ਗਿਆ ਉਹਨਾਂ ਨੂੰ ਫਿਰ ਹੌਲ ਪਿਆ ਨਾ ਉੱਥੇ ਫਿਰ ਕਾਫਲਾ ਪਿਆ ਇਹਨਾਂ ਨੂੰ ਵੱਡ ਢੁੱਕ ਬੜੀ ਹੋਈ ਕਿੱਥੇ ਇਹ ਤੁਰਾ ਆਉਂਦਾ ਸੀ ਨਾ ਕਾਫਲਾ ਤਾਂ ਇਹ ਜਿਹੜੇ ਸਿੱਖ ਸੀ ਨਾ ਜਿਹਨਾਂ ਦੇ ਨਾਲ ਪਾਈ ਬਾਈ ਨਾਲ ਲੁੱਟਦੇ ਲੜਦੇ ਹੁੰਦੇ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਲੁੱਟ ਕੇ ਵੀ ਲੈ ਗਿਆ ਤਾਂ ਹੁਣ ਚਲੇ ਵੀ ਚੱਲੇ ਨਹੀਂ ਉਹ ਜਗ੍ਹਾ ਦਾ ਨਾਂ ਦੱਸੋ ਨਾ ਜਿੱਥੇ ਲੁੱਟਮਾਰ ਹੋਈ ਲੁੱਟਮਾਰ ਹੋਈ ਜੀ ਉਹ ਇਹ ਦੇਖੋ ਜੀ ਦੱਸੋ ਇਹ ਕੰਮ 'ਚੋਂ ਜਿਹੜੇ ਤੁਰ ਪਿਆ ਨਾ ਕਾਫਲਾ ਤਾਂ ਕਾਫਲਾ ਤੁਰਨ ਦੀ ਵਜ੍ਹਾ ਇਹ ਹੀ ਹੋਈ ਵੀ ਜਿਹੜੇ ਲੋਕਾਂ ਨੇ ਉੱਥੇ ਬੈਠਿਆਂ ਨੂੰ ਲੁੱਟਿਆ ਸੀ ਨਾ ਹਿੰਦੂਆਂ ਨਾਲ ਰਲ ਕੇ ਉਹ ਉਹਨਾਂ ਨੂੰ ਹੌਲ ਪਿਆ ਵੀ ਇਹ ਲੁੱਟ ਕੇ ਵੀ ਲੈ ਗਿਆ ਤਾਂ ਚੱਲੇ ਵੀ ਚੱਲੇ ਉਹ 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 ਲੋਕ ਉਹਨਾਂ ਨੂੰ ਪੈ ਵੱਢਣ ਟੁੱਕਣ ਇਹਨਾਂ ਤੋਂ ਖੋਲੀਏ ਉਹ ਤਾਂ ਰਲ ਗਿਆ ਪੱਖ ਮੁਸਲਮਾਨਾਂ ਨਾਲ ਤਾਂ ਸਿੱਖ ਜਿਹੜੇ ਉੱਧਰ ਰਹਿ ਗਏ ਉਹ ਸਿੱਖਾਂ ਨੂੰ ਫਿਰ ਹੌਲ ਪਿਆ ਵੀ ਸਾਡੇ ਨਾਲ ਇਹ ਲੁੱਟਦੇ ਵੀ ਰਹੇ ਖਜ਼ਾਨਚੀ ਵੀ ਉਹੀ ਸੀਗੇ ਪੈਸਾ ਵੀ ਸਾਰਾ ਉਹੀ ਲੈ ਗਿਆ ਤਾਂ ਉਹਨਾਂ ਨੇ ਫਿਰ ਨਾ ਕਿਸੇ ਥਾਂ ਦੇ ਕਾਫਲੇ ਨੂੰ ਪੈ ਗਏ ਬੜਾ ਮੈਨੂੰ ਯਾਦ ਆ ਨਹੀਂ ਉਹ ਥਾਂ ਦਾ ਨਾਂ ਦੱਸੋ ਨਾ ਜਿਸ ਥਾਂ 'ਤੇ ਪੈ ਗਏ ਇਹ ਥਾਂ 'ਤੇ ਜਿਹੜੇ ਦੂਸਰਾ ਤੁਰੇ ਹੀ ਆ ਨਾ ਤਾਂ ਫਿਰ ਉਹ ਲੋਕ ਜਿਹੜੇ ਲਾਗਲਿਆਂ ਪਿੰਡਾਂ ਦੇ ਸੀਗੇ ਨਾ ਲੁੱਟਣ ਖੋਹ ਵਾਲੇ ਨਾਲ ਹੋ ਗਏ ਰਲ ਕੇ ਉਹੋ ਹੀ ਪੈ ਗਿਆ ਨਾ ਉੱਥੇ ਨੇੜੇ ਹੀ ਪੈ ਗਿਆ ਮੇਰਾ ਅੰਦਾਜ਼ਾ ਵੀ ਜਿਹੜੇ ਦੂਸਰਾ ਤੁਰੇ ਨਾ ਤਾਂ ਗਾਹਾਂ ਤੁਸੀਂ ਹੁਣ ਮਤਲਬ ਇਹਨਾਂ ਲਾਹੌਰ ਦੇ ਰਾਹੀਂ ਇੱਥੇ 410 ਚ ਆ ਗਏ ਇੱਥੇ ਕਿਉਂਕਿ ਤੁਹਾਡੀ ਜ਼ਮੀਨ ਸੀਗੀ ਤੁਹਾਡੇ ਵੱਡਕੇ ਆਰ ਮਤਲਬ ਪਹਿਲੇ ਰਹਿੰਦੇ ਸੀਗੇ ਤੁਸੀਂ ਆਪਣੀ ਜ਼ਮੀਨ ਤੇ ਇੱਥੇ ਹੀ ਆ ਗਏ ਜੀ ਅੱਛਾ ਇਹ ਜਿਹੜਾ ਪਿੰਡ ਸੀਗਾ ਇਹ ਸਾਰੇ ਮੁਸਲਮਾਨਾਂ ਦਾ ਪਿੰਡ ਸੀ ਪਹਿਲੇ ਜਦੋਂ ਤੁਸੀਂ ਆਉਂਦੇ ਜਾਂਦੇ ਪਹਿਲੇ ਵੀ ਤੁਸੀਂ ਦੱਸਿਆ ਕਿ ਹਾਂਜੀ ਹਾਂਜੀ ਇਹ ਸਾਡਾ ਰਕਬਾ ਇੱਥੇ ਸੀਗਾ ਸਾਡੇ ਸਾਡੇ ਬਜ਼ੁਰਗਾਂ ਨੇ ਲਿਆਇਆ ਸੀ ਨਾ ਦੋ ਮੁਰੱਬੇ ਦੋ ਦੇ ਵੀ ਢਾਈ ਸੀ ਅੱਧਾ ਵੇਚ ਗਿਆ ਸੀ ਤੇ ਦੋ ਸੀਗੇ ਹੁਣ ਅਸੀਂ ਦੋ ਮੁਰੱਬਿਆਂ ਦੇ ਵਿੱਚ ਬੈਠੇ ਹਾਂ ਇੱਥੇ ਅੱਛਾ ਇਹ ਅੱਛਾ ਰਕਬਾ ਸਾਡਾ ਮਾੜਾ ਨਹੀਂ ਹੈ ਨਹੀਂ ਉਹ ਤਾਂ ਠੀਕ ਆ ਇਹ ਦੱਸੋ ਵੀ ਜਦੋਂ ਤੁਸੀਂ ਇਸ ਪਿੰਡ 'ਚ ਹਾਲੇ ਪਾਕਿਸਤਾਨ ਬਣਨ ਤੋਂ ਪਹਿਲੇ ਵੀ ਤੁਸੀਂ ਆਉਂਦੇ ਜਾਂਦੇ ਸੀ ਅੱਛਾ ਇਸ ਪਿੰਡ ਦਾ ਨੰਬਰਦਾਰ ਕੌਣ ਸੀਗਾ ਇਸ ਪਿੰਡ ਦਾ ਲੰਬੜਦਾਰ ਸੀਗਾ ਜਨਾਬੇ ਵਾਲੀ ਆਉਂਦੇ ਨਾ ਇੱਥੇ ਸਾਹਮਣੇ ਘਰ ਆ ਗੁਲਾਮ ਬਾਸ ਅੱਛਾ ਉਹ ਵੀ ਤੁਹਾਡੇ ਕੌਮ ਦਾ ਵਾ ਅੱਛਾ ਆ ਸਾਹਮਣੇ ਘਰ ਇੱਥੇ ਅੱਛਾ ਇਸ ਪਿੰਡ ਦੇ ਵਿੱਚ ਮਤਲਬ ਉਸਲੇ ਕੋਈ ਸਿੱਖਾਂ ਦਾ ਘਰ ਵੀ ਸੀਗੇ ਇਹ ਜਿੱਥੇ ਅਸੀਂ ਆਏ ਹਾਂ ਹਾਂ ਨਹੀਂ ਸਿੱਖਾਂ ਦੇ ਕੋਈ ਹਿੰਦੂ ਹਿੰਦੂ ਕੋਈ ਟਾਵਾਂ ਟਾਵਾਂ ਹਾਂ ਤੁਸੀਂ ਇੱਥੇ ਜਿਹੜੇ ਜਦੋਂ 410 ਚ ਆਏ ਆ ਇਸ ਪਿੰਡ ਦੇ ਵਿੱਚ ਵੀ ਤਾਂ ਕੋਈ ਹਿੰਦੂ ਰਹਿੰਦੇ ਹੋਣਗੇ ਨਹੀਂ ਇੱਥੇ ਹਿੰਦੂ ਹਨ ਇਹ ਸਾਰਾ ਸੀਗਾ ਮੁਸਲਮਾਨਾਂ ਦਾ ਤੇ ਇੱਥੇ ਦੁਕਾਨਾਂ ਕੌਣ ਕਰਦੇ ਸੀਗੇ ਦੁਕਾਨਾਂ ਕਿਹਨਾਂ ਦੀਆਂ ਸੀਗੀਆਂ ਇੱਥੇ ਹਾਂ ਦੁਕਾਨਾਂ ਇੱਥੇ ਹੈ ਨਹੀਂ ਸੀ ਫਿਰ ਸਮਾਨ ਸੌਦਾ ਸਿਰਫ ਲੈਣ ਕਿੱਥੇ ਜਾਂਦੇ ਸੀਗੇ ਸਮਾਨ ਸਮੂਹ ਲੈਣ ਲਈ ਕਿੱਥੇ ਜਾਂਦੇ ਸੀਗੇ ਇੱਥੇ ਜਦੋਂ ਰਹਿੰਦੇ ਸੀਗੇ ਇੱਥੋਂ ਰਹਿੰਦੇ ਸੀ ਅਸੀਂ ਤਾਂ ਅਸੀਂ ਇੱਥੇ ਆਪਣੇ ਰਕਬੇ 'ਚ ਜਾਣਾ ਨਾ ਤਾਂ ਆ ਹੁਣ ਸਾਹਮਣੇ ਘਰ ਨਹੀਂ ਇੱਥੇ ਆ ਗੁਲਾਮ ਬਾਸ ਅੱਛਾ ਇਹ ਵੀ ਉੱਧਰ ਆਇਆ ਸੀ ਇੰਡੀਆ 'ਚੋਂ ਹੀ ਉਹ ਤਾਂ ਪਹਿਲੇ ਆਇਆ ਹੈ ਨਾ ਉਹ ਪਹਿਲੇ ਆਇਆ ਸੀ ਇਹਨਾਂ ਦੇ ਇੱਥੇ ਜਿਵੇਂ ਤੁਹਾਡੇ ਵੜਕੇ ਪਹਿਲੇ ਆਏ ਸੀਗੇ ਉਹ ਵੀ ਤੁਹਾਡੇ ਉਹ ਇਹਨਾਂ ਦੇ ਵੜਕੇ ਇੱਥੇ ਪਹਿਲੇ ਆਏ ਸੀਗੇ ਪਹਿਲੇ ਆਏ ਠੀਕ ਹੈ ਨਾ ਹੁਣ ਇਹ ਪਿੰਡ ਦੇ ਬਾਰੇ ਸਾਨੂੰ ਦੱਸੋ ਵੀ ਇਸ ਪਿੰਡ ਦੇ ਵਿੱਚ ਜਦੋਂ
ਇਹ ਤੁਹਾਡੇ ਵਟਕੇ ਵੀ ਆਏ ਸੀ, ਤੁਸੀਂ ਇੱਥੇ ਲਾਜ਼ਮੀ ਗੱਲ ਆ ਜਾਂ ਖੱਤਰੀ ਦੁਕਾਨ ਹਿੰਦੂ ਦੁਕਾਨਾਂ ਕਰਦੇ ਹੋਣਗੇ ਕੰਮ ਜਿਹੜੇ ਦੁਕਾਨ ਕਰਦੇ ਸੀਗੇ। 410 ਦੀ ਗੱਲ ਜੀ ਇਹ ਵੀ ਜਿਹੜੇ ਆਖਰ ਜਦੋਂ ਇੱਥੇ ਤੁਸੀਂ ਜਦੋਂ ਪਾਕਿਸਤਾਨ ਬਣ ਗਿਆ ਚਾਹੇ ਇੱਥੇ ਸਿੱਖ ਰਹਿੰਦੇ ਸੀਗੇ ਚਾਹੇ ਹਿੰਦੂ ਰਹਿੰਦੇ ਸੀਗੇ ਉਹਨਾਂ ਨੂੰ ਇੱਥੋਂ ਉੱਜੜਨਾ ਪਿਆ। ਆਖਿਰ ਇੱਥੇ ਕੋਈ ਨਾ ਕੋਈ ਪਿੰਡ 'ਚ ਦੁਕਾਨਾਂ ਸੀਗੀਆਂ ਕਿ ਨਹੀਂ ਸੀਗੀਆਂ? ਸੀਗੀਆਂ, ਸਭ ਕੁਛ ਸੀਗਾ। ਉਹੀ ਤਾਂ ਪੁੱਛਦਾ ਕਿ ਉਹ ਜਿਹੜੇ ਇੱਥੇ ਪਿੰਡ 'ਚ ਉਹਨਾਂ ਨੇ ਇਹ ਕਿਨਾਰਾ ਕੀਤਾ ਨਾ ਵੀ ਦਸੂਏ ਚੱਲ ਚਲੀਏ, ਸਾਡਾ ਤਾਂ ਇੱਥੇ ਟਿਕਾਣਾ ਕੋਈ ਨਹੀਂ। ਉਹ ਜਦੋਂ ਇੱਥੋਂ ਗਏ ਜਦੋਂ ਹਾਲੇ ਦੁਕਾਨਾਂ ਇੱਥੇ ਕਰਦੇ ਸੀਗੇ, ਹਾਂ ਉਹ ਕਿਹੜੇ ਹਿੰਦੂ ਸੀਗੇ? ਹਿੰਦੂ ਸੀਗੇ, ਰਲਾ ਮਿਲਾ ਜਿਹਾ ਸੀਗਾ ਨਾ ਵੀ ਉਹ ਇੱਥੋਂ ਵੀ ਇੱਥੇ ਸਾਡੀ ਸ਼ਿਕਾਇਤ ਰਹਿਣੀ ਆ, ਹੋਵੇ ਨਾ ਤਾਂ ਅਸੀਂ ਵੀ ਠੀਕ ਹੋ ਗਿਆ। ਅੱਛਾ ਇਹ ਪਿੰਡ 410 ਦੇ ਵਿੱਚ ਉਸਲੇ ਖਰਾਸ ਲੱਗਾ ਸੀਗਾ? ਖਰਾਸ, ਹਾਂ ਆਟਾ ਪੀਣ ਵਾਲਾ, ਹਾਂ ਖਰਾਸ ਸੀਗਾ। ਅੱਛਾ ਇਹ ਆਪਣਾ ਖਰਾਸ ਵੀ ਸੀਗਾ, ਮਿਸਤਰੀ ਵੀ ਸੀਗੇ ਸਾਡੇ, ਉੱਥੋਂ ਅਸੀਂ ਫਾਲੇ ਛਾਲੇ ਚਲਾਉਂਦੇ ਰਹੇ ਹਾਂ, ਹਾਲ ਹੁਣ ਪਾਉਣਾ ਹੈ ਤਾਂ ਉੱਥੇ ਅਸੀਂ ਖਰਾਸ ਜੋੜਨਾ ਜਾ ਕੇ ਖਰਾਸ ਪੀਣਾ, ਤਾਂ ਉਹਨਾਂ ਨੂੰ ਆਟਾ ਦੇਣਾ ਖਰਾਸ ਦਾ, ਬਿਲਕੁਲ ਉੱਥੇ। ਅੱਛਾ ਤੇ ਜਿਹਨਾਂ ਦੇ ਤੁਹਾਡਾ ਰਿਸ਼ਤਾ ਹੋਇਆ ਸੀ, ਜਿਹਨਾਂ ਤੁਸੀਂ ਵਿਆਹੇ ਗਏ, ਜਿਹਨਾਂ ਦੇ ਤੁਹਾਡਾ ਰਿਸ਼ਤਾ ਹੋਇਆ ਸੀ ਤੁਹਾਡੇ ਸਸੁਰਾਲ ਵਾਲੇ ਸਹੁਰੇ, ਉਹ ਵੀ ਇੱਥੇ ਆ ਕੇ ਵਸੇ ਸੀਗੇ, ਉਹ ਕਿਸੇ ਹੋਰ ਪਿੰਡ 'ਚ ਗਏ ਸੀਗੇ? ਉਹ ਹੋਰ 'ਚ ਗਏ ਸੀ। ਉਹ ਕਿਹੜੇ ਪਿੰਡ 'ਚ ਗਏ ਸੀਗੇ? ਉਹ ਜੀ ਸਾਡਾ ਤਾਂ ਰਕਬਾ ਸੀ ਨਾ, ਅਸੀਂ ਰਕਬੇ 'ਚ ਆ ਗਏ, ਉਹਨਾਂ ਦਾ ਇੱਕ 88 ਚੱਕ ਸੀਗਾ, 88 ਆਪਣਾ ਇੱਥੇ ਆ ਜਾਓ, ਉਹ ਜਿਹਨਾਂ ਦੀਆਂ ਰਿਸ਼ਤੇਦਾਰੀਆਂ ਸੀ ਉਹ ਤਾਂ ਕਈ ਉੱਧਰ ਅੜ ਗਏ, ਤਾਂ ਸਾਡੇ ਇੱਥੇ 2 ਬਰਾਬੇ ਸੀ, ਅਸੀਂ ਇੱਥੇ ਆ ਗਏ। ਠੀਕ ਆ, ਤੁਸੀਂ ਉਹ ਜਿਹੜੇ ਤੁਹਾਡੇ ਸਹੁਰੇ ਸੀਗੇ ਉਹ 88 ਚੱਕ ਕਿਹੜਾ ਸੀਗਾ? 88 ਚੱਕ ਸੀਗਾ ਜਨਾਬ ਸ਼ਰਸ਼ਮੀ ਟੇਸਣ, ਟੇਸਣ ਜਿਹੜੇ ਸੀ ਉਹ ਵੀ ਸਿੱਖਾਂ ਦੇ ਨਾਂ ਦੇ ਬਣੇ ਸੀ, ਗੰਗਾ ਸਿੰਘ ਇੱਕ ਦੇ ਨਾਂ ਸੀਗਾ, ਇਹ ਟੇਸਣੀਆਂ ਛੋਟੀ ਛੋਟੀਆਂ ਸਿੱਖ ਸੀਗੇ ਨਾ, ਤਕੜੇ ਮਾਲਕ ਹੁੰਦੇ ਮੋਟੇ, ਗੁਰਦਿੱਤ ਸਿੰਘ ਵਾਲੀ ਤੇ ਨਿਹਾਲੇ ਵਾਲੀ, ਹਾਂ ਗੁਰਦਿੱਤ ਸਿੰਘ, ਨਿਹਾਲ ਸਿੰਘ, ਇਹ ਸਿੱਖ ਸੀਗੇ, ਸਿੱਖਾਂ ਦਾ ਰਕਬਾ ਸੀ। ਠੀਕ ਆ, ਤਾਂ ਉੱਥੇ ਉਹਨਾਂ ਦੇ ਹੈਗੀ 88, ਉਹ ਪਟੜੀ ਦੇ ਨਾਲ ਕਰਕੇ ਪਿੰਡ ਆ, ਹਾਂ ਪਟੜੀ ਦੇ ਨਾਲ ਕਰਕੇ ਪਿੰਡ ਆ, ਬਿਲਕੁਲ ਬਿਲਕੁਲ। ਉਹ ਗੱਡੀ ਦੀ ਲਾਈਨ ਵੀ ਲੰਘਦੀ ਸੀ ਉੱਥੋਂ ਦੀ, ਉੱਥੇ ਹੁਣ ਕਲੀਅਰ ਬੈਠੇ ਹੋਏ, ਹਾਂ ਉਹ ਇੱਧਰ ਉੱਧਰ ਸਾਡੇ ਉੱਥੇ, ਉਹ ਸਾਡਾ ਚਾਚਾ ਸੀ ਨਾ ਉਹ ਉੱਥੇ ਬਹਿ ਗਿਆ, ਅਤੇ ਉਹ ਉਹਨੂੰ ਇੱਥੇ ਰਕਬਾ ਹੈ ਨਹੀਂ ਸੀ, ਮਰਬਿਆਂ ਦੇ ਵਿੱਚ ਨਾ ਉਹ ਥੋੜ੍ਹਾ ਜਿਹਾ ਮਾਂ ਪਿਓ ਫਰਕ ਸੀਗਾ, ਇਹ 2 ਮਰਬੇ ਨਾ ਇਹ ਸਾਡੇ ਬਜ਼ੁਰਗ ਨੇ ਲੈ ਲਿਆ, ਤਾਂ ਉਹ ਜਿਹੜਾ ਸੀ ਨਾ ਚਾਚਾ ਉਹਦਾ ਕੁਛ ਇੱਦਾਂ ਦਾ ਸੀਗਾ ਵੀ ਮਾਂ ਨੇ ਫਿਰ ਉਹਨੂੰ ਕਰ ਲਿਆ, ਇਹ ਤਾਂ ਇੱਧਰ ਆ ਗਿਆ, ਉਹ ਇੱਥੇ ਰਕਬਾ ਨਹੀਂ ਲੈ ਸਕਦਾ, ਉਹ ਫਿਰ ਕਾਨਵਾਂ ਚੱਕਿਆ ਸ਼ਰਸ਼ਵੀਰ ਲਾਗੇ ਉੱਤੇ ਲੈ ਜਾਂਦੇ ਕਾਨਵਾਂ, ਉੱਥੇ ਬਹਿ ਗਿਆ ਉਹ, ਉੱਥੇ ਉਹਨਾਂ ਦਾ ਬੜਾ ਧੰਦਾ ਕਾਰੋਬਾਰ ਬੜਾ ਠੀਕ ਠਾਕ, ਤਾਂ ਕਾਨਵੇਂ ਚਾਚਾ ਰਹਿੰਦਾ ਸੀ ਨਾ ਚਾਚਾ, ਕੀ ਨਾਂ ਸੀ ਚਾਚੇ ਦਾ? ਪੀਰ ਬੰਬ ਦਾ। ਅੱਛਾ, 88 ਵਿੱਚ ਤੁਹਾਡੇ ਸਹੁਰੇ ਰਹਿੰਦੇ ਸੀ? 88 ਚ ਮੇਰੇ ਸਹੁਰੇ ਸੀ। ਕੀ ਨਾਂ ਸੀ ਸਹੁਰੇ ਦਾ ਆਪਣੇ ਦਾ? ਸਹੁਰੇ ਦਾ ਨਾਂ ਸੀ ਚੌਰੀ ਗਲਾ ਹੁੰਦਾ, ਤੁਹਾਡੀ ਬਰਾਦਰੀ ਦਾ ਸੀਗਾ? ਠੀਕ ਆ, ਫਿਰ ਜਦੋਂ ਤੁਹਾਡਾ ਵਿਆਹ ਹੋਇਆ ਬਰਾਤ ਕਿੱਥੋਂ ਗਈ ਸੀਗੀ? ਬਰਾਤ ਇੱਥੋਂ ਗਈ 410 ਚੋਂ, 410 ਕਾਹਦੇ ਤੇ ਗਈ ਸੀਗੀ? ਨਹੀਂ ਨਹੀਂ 410 ਚ ਨਹੀਂ ਸੀ ਬਰਾਤ, ਇਹ ਉਸ ਵੇਲੇ ਇਹ ਬਰਾਤ ਬਾਅਦ ਦੀ ਕਹਾਣੀ ਆ ਨਾ, ਬਾਅਦ 'ਚ ਤਾਂ ਅਸੀਂ ਆ ਗਏ, ਇਹ ਉਹ ਗਈ ਮੈਂ ਤੈਨੂੰ ਕਿਹਾ ਤਾਂ ਗੁਰਦਿੱਤ ਸਿੰਘ ਤਾਂ ਨਿਹਾਲ ਸਿੰਘ ਤਾਂ ਫਲਾਣਾ ਸਿੰਘ ਹੈ, ਉੱਥੇ ਉਹ ਨਾ ਆਪਣੇ ਸੀਗੇ ਸਾਡੀ ਜਿਹੜੀ ਮੇਰੀ ਤਬਰੀ ਸੀ ਨਾ ਉਹਦੀ ਭੈਣ ਬੈਠੀ ਸੀ ਉੱਥੇ, ਨਿਹਾਲ ਸਿੰਘ ਸਰਦਾਰਾਂ ਉਹਦੇ ਨਾਂ ਹੋਵੇ, ਉਹਦੇ ਅਸੀਂ ਬੱਚੀ ਨੂੰ ਵਿਆਹਣ ਗਏ ਨਾ, ਤਾਂ ਮੇਰਾ ਬੱਚਾ ਸੀਗਾ ਹੈ, ਇੱਥੇ ਤਾਂ ਗੱਡੀਆਂ ਬੋਲਦ ਉਦੋਂ ਰਿਵਾਜ਼ ਹੁੰਦਾ ਸੀ ਬਰਾਤਾਂ ਨੂੰ ਗੱਡੀਆਂ ਬੋਲਦਾਂ ਦੇ ਲੈ ਕੇ ਜਾਂਦੇ ਚੜਾ ਕੇ ਖਾਣਾ, ਤਾਂ ਉਹਦਾ ਸੈਨ ਸੀ ਨਾ ਪਖੀਰ ਸਾਡਾ, ਉਹਨੂੰ ਪਤਾ ਸੀ ਵੀ ਮੇਰੀਆਂ ਚੌਧਰੀਆਂ ਨੇ ਆਉਣਾ ਵਿਆਹੁਣ ਇੱਥੇ, ਉਹ ਕਿਸੇ ਦੀ ਘੋੜੀ ਮੰਗ ਲਿਆ। ਅੱਛਾ, ਘੋੜੀ ਮੰਗ ਕੇ ਨਾ ਲੈ ਆ,
ਤਾਂ ਉਹ ਮੈਂ ਉਸ ਵੇਲੇ ਜਾਣਾ ਤਾਂ ਮੈਂ ਲਾੜਾ ਸੀਗਾ ਹਾਂ, ਉਹਨੇ ਮੈਨੂੰ ਬਾਹੋਂ ਫੜਿਆ ਅਤੇ ਘੋੜੀ 'ਤੇ ਚੜਾ ਲਿਆ, ਬਾਕੀ ਗੱਡੀਆਂ ਜਿਹੜੀਆਂ ਸੀ ਨਾ ਆਈਆਂ ਉਹਨਾਂ 'ਤੇ ਬਰਾਤ ਪੈ ਗਈ, ਚੱਲ ਗਿਆ ਲੱਥ ਗਿਆ ਹਾਂ ਉੱਥੇ, ਨਿਕਾਹ ਨਿਕੂਹ ਹੋਇਆ ਆ ਗਿਆ। ਫਿਰ ਅਸੀਂ ਉੱਥੇ ਥੋੜ੍ਹਾ ਜਿਹਾ ਚਿਰ ਰਹੇ ਵੀ ਹਾਂ। ਉੱਥੋਂ ਫਿਰ ਸਾਡਾ ਭਰਾ ਇੱਕ ਹਮੀਜ ਆ ਜਿਹਦੀ ਸ਼ਾਦੀ ਹੋਈ ਸੀ, ਉਹ ਆ ਗਿਆ ਨਾ ਇੱਧਰ ਕਰਾਚੀ। ਤੁਹਾਡਾ ਜਿਹੜਾ ਵਿਆਹ ਹੋਇਆ ਉਹ ਬਰਾਤ 'ਤੇ ਕਿੰਨੇ ਕੁ ਬੰਦੇ ਲੈ ਕੇ ਗਏ ਸੀਗੇ? ਬਰਾਤ ਦੇ ਬੰਦੇ ਸਹੀ ਪੁੱਛਦਾ ਹਾਂ ਤੇ ਹੋਰ ਮੇਰਾ ਮੇਰਾ ਜਿਹੜਾ ਵਾਲਦ ਸੀ ਨਾ ਉਹਦੇ ਨਾਲ ਅਸੀਂ ਅੱਲਾ ਦਿੱਤਾ, ਉਹ ਮੇਰੇ ਸਹੁਰਿਆਂ ਨੂੰ ਪੁੱਛਣ ਪੁੱਛਣ ਗਿਆ ਨਾ ਵੀ ਹਾਂ ਬਈ ਸਾਨੂੰ ਇਹ ਟਾਈਮ ਦਿਓ ਅਸੀਂ ਵਿਆਹਣਾ ਵਾ। ਤਾਂ ਉਹ ਕਹਿੰਦੇ ਆ ਵੀ ਅਸੀਂ ਉਹ ਬਰਾਤ ਸੰਭਾਲ ਨਹੀਂ ਸਕਦੇ, ਗਰੀਬ ਆਦਮੀ ਆ, ਆ ਤੇਰੀ ਨੂੰਹ ਆ ਬੈਠੀ ਤੈਨੂੰ ਲੈ ਜਾ। ਬਰਾਤ ਆ ਕੇ ਵੀ ਇਹ ਕੰਮ ਕਰਨਾ ਤਾਂ ਅਸੀਂ ਵੀ ਸੌਖੇ ਤੁਸੀਂ ਵੀ ਸੌਖੇ, ਇਹ ਤੁਹਾਡੀ ਚੀਜ਼ ਆ ਅਮਾਨਤ ਆ ਇਹਨੂੰ ਤੁਸੀਂ ਲੈ ਜਾਓ। ਅੱਛਾ ਉਹ ਸਾਡਾ ਵਾਲਦ ਜਿਹੜਾ ਸੀ ਨਾ ਇਹ ਬੜਾ ਠੰਡੇ ਜਿਹਾ ਦਿਮਾਗ ਦਾ ਸੀ, ਜਗੀਰਦਾਰ ਸੀ, ਤਕੜਾ ਸੀ। ਉਹਨੇ ਕਿਹਾ ਠੀਕ ਆ ਆਪ ਪੁੱਤ ਚੱਲੀ ਆ ਜਾ। ਉਹਨੇ ਨਾ ਉੱਥੋਂ ਲੱਦਾ ਖਰਾਬ ਆ ਟੇਸ਼ਨ 'ਤੇ ਆ ਗਿਆ, ਟੇਸ਼ਨੋਂ ਗੱਡੀ 'ਤੇ ਬੈਠੇ ਇੱਧਰ ਆ ਗਿਆ। ਅੱਛਾ ਇੱਦਾਂ ਹੀ ਪਾਣੀ ਲਾਉਂਦੇ ਸੀ ਅਸੀਂ ਪਾਣੀ, ਸਾਡੇ ਟੇਸ਼ਨ ਹੁੰਦੇ ਸੀ ਖਨੌੜਾ ਤਾਂ ਇੱਕ ਹੁੰਦਾ ਸੀਗਾ ਚਟਿਆਣਾ, ਚਟਿਆਣਿਓਂ ਵੀ ਤੁਰ ਕੇ ਆਉਣਾ ਵਾਹਵਾ ਪੈਣਾ ਪੈ ਜਾਂਦਾ ਸੀ, ਤਾਂ ਖਨੌੜਿਓਂ ਵੀ ਤੁਰ ਕੇ ਆਉਣਾ ਜਾਣਾ, ਗੱਡੀ ਛੱਡ ਕੇ ਲੱਦਾ ਕੋਈ ਨਹੀਂ ਜਾਂਦਾ, ਰੇਤਾ ਸੀ। ਤਾਂ ਉਹ ਅਸੀਂ ਨਾ ਇੱਦਾਂ ਹੀ ਇਹਨੇ ਲਾ ਲੈਣੇ ਨਾ ਮੇਰੇ ਟੱਬਰ ਨੂੰ ਲੈ ਆਉਂਦਾ, ਮੈਂ ਪਾਣੀ ਲਾਉਂਦੇ ਸੀ ਅਸੀਂ ਮੁਰੱਬੇ, ਅੱਜ ਤਾਂ ਹੁਣ ਲਾਉਂਦੇ ਹਾਂ। ਤਾਂ ਉਹ ਕਹਿੰਦਾ ਬਈ ਚੌਵੀ ਆ ਤੇਰਾ ਟੱਬਰ ਆ। ਉਹਨਾਂ ਨੇ ਕਿਹਾ ਵੀ ਸਾਡੇ 'ਚ ਹਿੰਮਤ ਕੋਈ ਨਹੀਂ ਬਰਾਤਾਂ ਸੰਭਾਲਣ ਦੀ, ਆਹ ਤੁਹਾਡੀ ਇਮਾਨਤ ਆ ਇਹਨੂੰ ਤੁਸੀਂ ਲਈ ਜਾਓ। ਤਾਂ ਉਹ ਮੈਂ ਲੈ ਆ ਕਹੀ ਮੈਨੂੰ ਦੇ, ਤਾਂ ਆਪਣਾ ਟੱਬਰ ਫੜ ਤਾ ਚੱਲ ਚੱਲ ਕਰ ਲਓ। ਮੈਂ ਕਿਹਾ ਲਾਲਾ ਦੇਖ ਮੇਰੀ ਗੱਲ ਸੁਣ, ਹੁਣ ਐਡੀ ਦੂਰੋਂ ਤੂੰ ਲੈ ਆ, ਮੈਂ ਹੁਣ ਇੱਥੋਂ ਰਾਹੋਂ ਤੈਨੂੰ ਮੈਂ ਕਹਾਂ ਵੀ ਨਹੀਂ ਮੈਂ ਟੱਬਰ ਸੰਭਾਲ ਲੈਂਦਾ ਤਾਂ ਤੂੰ ਇਹ ਘਰ ਨੂੰ ਜਾ, ਨਹੀਂ ਤੁਸੀਂ ਘਰ ਲੈ ਜਾਓ ਤੁਹਾਨੂੰ ਪਤਾ ਘਰ ਦਾ, ਮੈਂ ਆਪੇ ਪਾਣੀ ਲਾ ਕੇ ਆ ਹੀ ਜਾਣਾ। ਠੀਕ ਆ ਹੈ ਕਹਿੰਦਾ ਠੀਕ ਆ, ਖੁਸ਼ ਹੋ ਕੇ ਕਹਿੰਦਾ ਤਾਂ ਠੀਕ ਆ। ਤਾਂ ਹੋਰ ਮੈਂ ਗਮ ਹੋ ਕੇ ਕਹਿੰਦਾ ਅੱਗੇ ਮੈਂ ਕਿਹੜਾ ਟੱਬਰ ਤੇਰੇ ਕੋਲ ਹੀ ਰਹਿੰਦਾ ਸੀਗਾ, ਟੱਬਰ ਤਾਂ ਤੁਸੀਂ ਲਿਆਇਓ ਲਾ, ਤਾਂ ਤੁਸੀਂ ਲੈ ਜਾਓ ਘਰ ਨੂੰ, ਤੁਹਾਡੀ ਇਮਾਨਤ ਸੀ ਤੁਸੀਂ ਲੈ ਆਓ, ਅੱਛਾ ਕੀਤਾ, ਮੈਂ ਇਹ ਨਹੀਂ ਕਹਿੰਦਾ ਮਾੜਾ ਕੀਤਾ, ਤਾਂ ਲੈ ਚਲੋ। ਉਹ ਘਰ ਨੂੰ ਖਾ ਲੈ ਗਿਆ, ਲੈ ਵੇ ਪੁੱਤ ਆਹ ਤੇਰਾ ਘਰ ਆ, ਆਹ ਤੇਰਾ ਅੰਦਰ ਆ, ਇੱਥੇ ਬਹਿ ਜਾ, ਆ ਜਾਊਗਾ ਪਾਣੀ ਲਾ ਕੇ ਤਾਂ ਫਿਰ ਰਸ ਬਸ ਜਾਓ, ਬਸ ਕੋਈ ਕਿਸੇ ਦੀ ਗਿਲੀਆ ਜਾਰੀ ਨਹੀਂ ਕਰਨੀ, ਕਿਸੇ ਦੇ ਪਾਰ ਨਹੀਂ ਪਾਉਣਾ ਨਾ। ਉਹ ਇੱਦਾਂ ਬਸ ਮੈਂ ਚਲੇ ਗਿਆ। ਉਹਨੇ ਕਿਹਾ ਇੱਦਾਂ ਹੋਈ ਇੱਦਾਂ ਹੋਈ, ਮੈਂ ਇੱਕੋ ਧੀ ਸੀ ਉਹਨਾਂ ਦੀ, ਤਾਂ ਤੇਰੀ ਮੈਂ ਮਾਨਤ ਸੀ ਮੈਂ ਆ ਗਈ ਹਾਂ, ਤਾਂ ਹੁਣ ਚੰਗੀ ਸਮਝ ਮਾੜੀ ਸਮਝ ਜੋ ਵੀ ਹੈਗੀ ਆ ਮੈਂ ਤੇਰੀ ਹਾਂ ਮੈਂ। ਉਹ ਮੈਂ ਉਹਨੂੰ ਕੀ ਕਹਿਣਾ ਸੀ ਵਿਚਾਰੀ ਨੂੰ, ਅੱਛਾ ਬੰਦਾ ਸੀ ਵੈਸੇ। ਹਾਂ ਬਸ ਉਹਦਾ ਉੱਥੇ ਉਹਨਾਂ ਨੇ ਉਹ ਸਟੇਜ ਸਟੂ ਬਣਾਈ, ਬਣਾ ਕੇ ਤਾਂ ਉੱਥੇ ਇਮਰਾਨ ਖਾਨ ਨੂੰ ਕਿਹਾ ਵੀ ਤਕਰੀਰ ਕਰੋ। ਇਹਨੇ ਤਕਰੀਰ ਸ਼ਕਰੀਰ ਕੀਤੀ, ਵਾਹਵਾ ਇਹਨੇ ਫਿਰ ਤਕਰੀਰ 'ਚ ਹੀ ਇੱਕ ਗੱਲ ਉਹ ਕਰਤੀ ਵੀ ਜਿਹਨਾਂ ਦੋਸਤਾਂ ਨੇ ਮੇਰੇ ਵਾਸਤੇ ਬੜੀ ਮਿਹਨਤ ਕੀਤੀ ਆ, ਬਾਂਸ ਗੱਡੇ ਮੰਜੀ ਰੱਖੀ ਉੱਤੇ ਮੈਨੂੰ ਖੜ੍ਹਾ ਕੀਤਾ, ਉਹਨਾਂ ਨੇ ਕਿਹਾ ਜੀ ਕਰੋ ਗੱਲ ਕਰੋ। ਮੈਂ ਉੱਥੇ ਤਕਰੀਰ ਕੀਤੀ, ਤਕਰੀਰ ਕਰਦਿਆਂ ਕਰਦਿਆਂ ਮੈਂ ਕਿਹਾ ਵੀ ਜਿਹਨਾਂ ਦੋਸਤਾਂ ਮੇਰਾ ਚਾਅ ਕੀਤਾ ਨਾ, ਹਾਲਾਂਕਿ ਕਹਿੰਦਾ ਮੈਂ ਬਾਦਸ਼ਾਹ ਤਾਂ ਨਹੀਂ ਬਣਿਆ ਪਰ ਜਾਣਿਆ ਇੱਕ ਮੁਰੱਬਾ ਇਹਨਾਂ ਨੂੰ ਜ਼ਮੀਨ ਦਾ ਇੱਥੇ ਵਾਫਰ ਬਣਨਾ ਚਾਹੀਦਾ, ਇਹ ਲੋਕ ਬਹੁਤ ਅੱਛੇ ਆ, ਇਹਨਾਂ ਨੇ ਕਿਉਂ ਵੱਡੇ ਦਾ ਕਦਰ ਕਰਨ ਜਾਣਦੇ ਆ।
ਹੁਣ ਪਟਵਾਰੀ ਨਾਲ ਹੁੰਦੇ ਉਹਨਾਂ ਨੇ ਲਿਖ ਲਿਆ ਵੀ ਠੀਕ ਹੈ ਜੀ ਬਿਲਕੁਲ ਮਿਲ ਜਾਏਗਾ ਮੁਰੱਬਾ ਤਾਂ ਇਸ ਵੇਲੇ ਲਈ ਆ ਗਿਆ ਸਾਡਾ ਨਾ ਆ ਮੈਂ ਤਾਂ ਬਿਲਕੁਲ ਪਿੱਛੇ ਰਹਿ ਗਿਆ ਇਹ ਉਹ ਮੇਰੀ ਲਾਲ ਜ਼ਰਾ ਜਵਾਨ ਸੀਗੀ ਇਹ ਘਰਦਿਆਂ ਨੇ ਫੈਸਲਾ ਕਰਤਾ ਵੀ ਤੁਸੀਂ ਇੱਥੇ ਰਹੋ ਅਤੇ ਇਹ ਫਲਾਨਾ ਲਈਏ ਚਲ ਜਾਵੇ ਪਹਿਲਾਂ ਮੈਂ ਗਿਆ ਸੀ ਫਿਰ ਮੇਰੇ ਨਿਆਣੇ ਸੀ ਤਾਂ ਪੜ੍ਹਦੇ ਇੱਧਰ ਸਕੂਲਾਂ 'ਚ ਤਾਂ ਘਰਦਿਆਂ ਨੇ ਕਿਹਾ ਵੀ ਨਹੀਂ ਤੁਸੀਂ ਆ ਜਾਓ ਉਹ ਛੋਟੇ ਦਾ ਮੇਰੇ ਤੋਂ ਹਲੇ ਨਿਆਣਾ ਕੋਈ ਨਹੀਂ ਸੀ ਇਕਬਾਲ ਬੀਬੀ ਉਹਦੇ ਟੱਬਰ ਦਾ ਨਾਂ ਸੀ ਉੱਥੇ ਚਲ ਗਿਆ ਉੱਥੇ ਫਿਰ ਉਹਨਾਂ ਨੂੰ ਕੋਈ ਨਿਆਣੇ ਨੂਣੇ ਵੀ ਹੋਏ ਇੱਕ ਦੋ ਜਿਹੜੇ ਵੀ ਹੋਏ ਠੀਕ ਆ ਅੱਛਾ ਤੁਹਾਡੇ ਘਰ ਦੇ ਜੀਂਦੇ ਆ ਹੈ ਤੁਹਾਡੇ ਘਰ ਦੇ ਹਯਾਤ ਆ ਜੀਂਦੇ ਆ ਤੁਹਾਡੇ ਘਰ ਦੇ ਤੁਹਾਡੀ ਬੀਵੀ ਜੀ ਨਹੀਂ 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 ਫੌਤ ਹੋ ਗਈ ਸੀ ਕਿੰਨਾ ਕਰਸਾ ਹੋ ਗਿਆ ਬਾਬਾ ਚਿਰ ਹੋ ਗਿਆ ਸੈਨ ਬੀਬੀ ਉਹਦਾ ਨਾਂ ਸੀ ਹੱਜ ਹੁਜ ਕੀਤਾ ਸੀ ਉਹਨੇ ਤਾਂ ਫੌਤ ਹੋ ਗਈ ਅੱਛਾ ਹੁਣ ਆਖਰੀ ਗੱਲ ਕਰਦੇ ਤੁਹਾਨੂੰ ਹੁਣ ਕਦੀ ਜਾਣ ਯਾਦ ਆਇਆ ਇੰਡੀਆ ਦੇ ਇੱਧਰ ਪਾਕਿਸਤਾਨ ਜਾਂਦੇ ਹੁੰਦੇ ਸੀ ਉਦੋਂ ਲੈਣ ਕੋਈ ਇੱਕ ਬਜ਼ੁਰਗ ਰਹਿ ਗਿਆ ਕੋਈ ਬੁੜੀ ਰਹਿ ਗਈ ਉਹਨਾਂ ਨੂੰ ਲੈਣ ਜਾਣਾ ਅੱਛਾ ਤਾਂ ਉਹ ਲਾਲੇ ਨੇ ਨਾ ਉਹਨਾਂ ਦੇ ਨਾਲ ਚਲ ਜਾਣਾ ਅੱਛਾ ਲਾਲੇ ਨੂੰ ਉਹਨਾਂ ਨੇ ਪਿਛਲੀ ਡਿੱਗੀ 'ਚ ਬਹਾਲ ਲੈਣਾ ਅੱਛਾ ਅੱਛਾ ਤਾਂ ਉਹ ਡਿੱਗੀ ਨੂੰ ਨਾ ਉੱਤੋਂ ਫੱਟਾ ਜਿਹਾ ਜਿਹੜਾ ਸੀ ਉਹ ਦੇ ਲੈਣਾ ਜਿਹੜੇ ਪਿੰਡ ਕੋਈ ਸ਼ਹਿਰ ਆਵੇ ਉਹ ਦੇ ਲੈਣਾ ਜਿਹੜੇ ਨਿਕਲ ਜਾ ਤਾਂ ਫਿਰ ਤਾਂ ਚੱਕ ਦੇਣਾ ਜਿਹੜਾ ਜਾਂ ਨਿਕਲੇ ਉੱਧਰ ਸਾਡੇ ਇਹ ਸਾਡੇ ਪਿੰਡ 'ਚ ਗਏ ਤਾਂ ਇਸੇ ਤੋਂ ਸੀ ਨਾ ਉੱਥੇ ਸਮਾਨ ਲੈਣ ਇਹ ਲਾਲਾ ਤਾਂ ਇਸੇ ਤੋਂ ਗਿਆ ਸੀ ਨਾ ਵੀ ਮੈਂ ਜਾਂ ਜਾਣਾ ਤਾਂ ਆਇਆ ਮੈਨੂੰ ਜੇ ਸਮਾਨ ਉੱਥੇ ਤੁਸੀਂ ਕੋਈ ਮੈਂ ਜਿਹੜੀ ਇਮਾਨਤ ਦਿੱਤੀ ਹੈ ਨਾ ਉਹ ਬੰਦਿਆਂ ਨੂੰ ਮੇਰੇ ਮੱਥੇ ਲਾ ਤਾਂ ਆਪੇ ਦੇਣਗੇ ਹੈਂ ਉਹ ਰਾਤ ਪੈ ਗਈ ਨਾ ਤਾਂ ਰਾਤ ਜਿਹੜੇ ਗੱਡੀ ਗਈ ਨਾ ਤਾਂ ਉਹ ਚਮਾਰ ਸੀ ਨਾ ਜਿਹਦੇ ਘਰ ਸਮਾਨ ਸੀਗਾ ਸੋਨਾ ਚਾਂਦੀ ਕੋਈ ਤਾਂ ਚਾਲੇ ਬੈਠਾ ਸੀ ਉਹ ਜਿਹੜੇ ਬਾਜ ਟੱਕਰ ਹੋਈ ਨਾ ਫਿਰ ਉੱਥੇ ਪਿੰਡ ਉਹਨੇ ਕਿਹਾ ਮੇਰਾ ਤਾਂ ਚਾੜਾ ਖੁਸ਼ ਹੋ ਗਿਆ ਮੈਂ ਕਿਹਾ ਸ਼ੱਕ ਨਹੀਂ ਚਾਚਾ ਵਜਾ ਅੱਜ ਹੈਂ ਤਾਂ ਇਹ ਗੱਡੀ ਇਹ ਪਾਕਿਸਤਾਨ ਦੀ ਹੈ ਇਹ ਲੈਣ ਤਾਂ ਆਇਆ ਵੀ ਜਿਹੜਾ ਕੋਈ ਬਜ਼ੁਰਗ ਰਹਿ ਗਿਆ ਜਿਹੜੀ ਕੋਈ ਬਜ਼ੁਰਗ ਬੁੜੀ ਰਹਿ ਗਈ ਉਹਨਾਂ ਨੂੰ ਲੈਣ ਆਏ ਆ ਤਾਂ ਵਿੱਚ ਇੱਦਾਂ ਬੰਦੇ ਆ ਜਾਂਦੇ ਆ ਨਾ ਦਾਲ ਆਉਣ ਤਾਂ ਉਹ ਕਹਿਣ ਤੁਸੀਂ ਆਹ ਲੈ ਲਓ ਆਪਣਾ ਸਮਾਨ ਇਹਨੇ ਚਾਂਦੀ ਸੋਨਾ ਇਹ ਲੈ ਲਿਆ ਮਈਆਂ ਮੁਈਆਂ ਤਾਂ ਕੀ ਉਹਨੇ ਲੈਣੀਆਂ ਸੀ ਉਹਨੇ ਕਿਹਾ ਮਈਆਂ ਦੇ ਪੈਸੇ ਪੂਸੇ ਬਣਾ ਕੇ ਦੇ ਦਿਓ ਉਹਨੇ ਕਿਹਾ ਪੈਸੇ ਸਾਡੇ ਕੋਲ ਹੈ ਕੋਈ ਨਹੀਂ ਤਾਂ ਬਣਾ ਲਓ ਜਿਹੜੇ ਬਣ ਗਿਆ ਫਿਰ ਦੇ ਦਿਆਂਗੇ ਚੰਗਾ ਫਿਰ ਅਸੀਂ ਜਾਂਦੇ ਹਾਂ ਤੁਸੀਂ ਜਿਹੜੇ ਪੈਸੇ ਸਾਡੇ ਬਣੇ ਨਾ ਵੇਖ ਲਾ ਲਿਆ ਉਹ ਇੱਦਾਂ ਹੀ ਬਸ ਜਾਣਿਆ ਸਾਡਾ ਪਿੰਡ ਜਾਂ ਜੰਡ ਸੀ ਨਾ ਜੰਡ ਗੱਲਾਂ ਛੱਡਦੇ ਤੂੰ ਐਡਾ ਸੋਹਣਾ ਚੱਕ ਸੀ ਨਾਲੀਆਂ ਪੱਕੀਆਂ ਕੱਚੀ ਅਠਾਈ ਨਹੀਂ ਸੀ ਕਿਤੇ ਲੱਗੀ ਹੋਈ ਹਾਂ ਜ਼ਮੀਨਾਂ ਪਾ ਰਹੀਆਂ ਬਹੁਤ ਪਾ ਰਹੀਆਂ ਜ਼ਮੀਨਾਂ ਸੀ